गणेश चतुर्थी का त्यौहार बड़ी श्रद्धा और उल्लास नाल मनाया जा रहा है। लोगों वालों घर गणेश जी की प्रतिमा स्थापित की गई हैं और गणपति पूजन किए जा रहे हैं। 12 सितंबर को गणपति विसर्जन होंगे और लोग अगले साल फिर अपने घर बप्पा की मुड़ आमद की अरदास करेंगे। गणेश चतुर्थी के संबंध में बसंत एवेन्यू विखे हुए समागम दौरान संजय सवरिया ने संकीर्तन किया। पवन वर्मा, सुरभि वर्मा, सुलेखा मेहरा, मनोहर लाल एंथनी समेत कई लोग मौजूद सन। ਸਾਡੇ ਅੰਮ੍ਰਿਤਸਰ ਦੇ ਵਿੱਚ ਅਸੀਂ ਗਣਪਤੀ ਜੀ ਦਾ ਤਿਉਹਾਰ ਮਨਾ ਰਹੇ ਹਾਂ, ਜਿਹੜਾ ਕਿ ਸਾਡਾ ਹਿੰਦੂ ਧਰਮ ਦੇ ਭੋਲੇਨਾਥ, ਗਣੇਸ਼ ਜੀ, ਮਾਤਾ ਜੀ ਔਰ ਨੰਦੀ ਜੀ ਔਰ ਕਾਰਤਿਕੇ ਜੀ ਦੀ ਪ੍ਰਥਾ ਚੱਲੀ ਆ ਰਹੀ ਹੈ ਔਰ ਅਸੀਂ ਗਣਪਤੀ ਬੱਪਾ ਮੋਰੀਆ ਨੂੰ ਆਪਣੇ ਦੇਸ਼ ਔਰ ਸਾਰੇ ਹੀ ਨਾਗਰਿਕਾਂ ਲਈ ਖੁਸ਼ੀਆਂ ਭਰਾ ਔਰ ਖੁਸ਼ਹਾਲ ਹਿੰਦੁਸਤਾਨ ਬਣਾਉਣ ਦੀ ਉਮੀਦ ਕਰਦੇ ਹਾਂ ਔਰ ਕੋਸ਼ਿਸ਼ ਕਰਾਂਗੇ। ਨਵਯੁਵਕਾਂ ਨੂੰ ਕਹਾਂਗੇ ਕਿ ਉਹ ਵੀ ਇਹ ਤਿਉਹਾਰ ਮਨਾ ਕੇ ਆਪਣੀ ਸੰਸਕ੍ਰਿਤੀ ਦੇ ਬਾਰੇ ਲੋਕਾਂ ਨੂੰ ਦੱਸ। ਯਹਾਂ ਪੇ ਆ ਕੇ ਬਹੁਤ ਅੱਛਾ ਲੱਗ ਰਿਹਾ ਹੈ, ਬੜਾ ਅੱਛਾ ਇਹਨਾਂ ਨੇ ਇੰਤਜ਼ਾਮ ਕੀਏ ਹੋਏ ਹੈ, ਤੋ ਆਰਤੀ ਵਗੈਰਾ, ਭਜਨ, ਕੀਰਤਨ ਬਹੁਤ ਅੱਛਾ ਹੈ। ਇਹ ਹੀ ਕਿ ਸਭ ਕੇ ਘਰੋਂ ਮੈਂ ਆਏ, ਸਭ ਕੋ ਦਰਸ਼ਨ, ਸਭ ਕੀ ਮਨੋਕਾਮਨਾ ਪੂਰੀ ਹੋ, ਸਭ ਕੇ ਘਰੋਂ ਮੈਂ ਜੋ ਵਿਸ਼ੇਸ਼ ਆਇਆ ਸਭ ਕੀ ਪੂਰੀ ਕਰਕੇ ਜਾਏ। ਅੰਮ੍ਰਿਤਸਰ ਨਹੀਂ, ਬਾਰੇ ਸਾਰੇ ਸੰਸਾਰ ਵਿੱਚ, ਸਾਰੇ ਆਲ ਦੀ ਵਰਲਡ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਕੋਈ ਵੀ ਸ਼ੁਭ ਕੰਮ ਆਪਾਂ ਜਦੋਂ ਸ਼ੁਰੂ ਕਰਦੇ ਹਾਂ ਤਾਂ ਗਣੇਸ਼ ਜੀ ਨੂੰ ਪ੍ਰਥਮ ਯਾਦ ਕਰਕੇ, ਉਹਨਾਂ ਦੀ ਵੰਦਨਾ ਕਰਕੇ ਹੀ ਸਾਰੇ ਕੰਮ ਨੂੰ ਸ਼ੁਰੂਆਤ ਕੀਤੀ ਜਾਂਦੀ ਹੈ ਔਰ ਸਾਰੇ ਵਿਘਨ ਵਿਨਾਸ਼ਕ ਨੇ ਔਰ ਸਾਰੇ ਕੰਮ ਜਿਹੜੇ ਹੈ ਰਿੱਧੀ ਸਿੱਧੀ ਦੇ ਵਿਦਾਤਾ ਨੇ, ਅਤੇ ਸਾਰੇ ਕੰਮ ਬੜੇ ਬਹੁਤ ਪਰਮਾਤਮਾ ਦੀ ਕਿਰਪਾ ਨਾਲ, ਚਾਹੇ ਸ਼ਾਦੀ ਹੋਏ, ਚਾਹੇ ਕਾਰੋਬਾਰ ਦਾ ਕੰਮ ਹੈ, ਚਾਹੇ ਆਪਣਾ ਕੋਈ ਸ਼ੁਭ ਯਾਤਰਾ ਹੈ, ਹਰ ਕੰਮ 'ਚ ਘਰ ਵਿੱਚ ਕੋਈ ਗ੍ਰਹਿ ਪ੍ਰਵੇਸ਼ ਹੈ ਤਾਂ ਉਹਨਾਂ ਦੇ ਆਸ਼ੀਰਵਾਦ ਨਾਲ ਬਹੁਤ ਵਧੀਆ ਤਰੀਕੇ ਨਾਲ ਬੰਦਾ ਬੁਲੰਦੀਆਂ 'ਤੇ ਪਹੁੰਚਦਾ ਔਰ ਉਹਨਾਂ ਦੇ ਆਸ਼ੀਰਵਾਦ ਨਾਲ ਸਾਰੇ ਤਰੱਕੀ ਕਰਦੇ ਹੈ। ਔਰ ਮੇਰੀ ਮਨੋਕਾਮਨਾ ਹੈ ਸਾਰੇ ਹਿੰਦੁਸਤਾਨੀ ਆਪਣੇ ਸੰਸਕ੍ਰਿਤੀ ਨੂੰ ਯਾਦ ਕਰਕੇ ਗਣੇਸ਼ ਜੀ ਨੂੰ ਪੂਜਾ ਕਰਨ, ਪੂਜਨ 'ਤੇ ਉਹਨਾਂ ਨੂੰ ਵੀ ਆਸ਼ੀਰਵਾਦ ਮਿਲੇ ਔਰ ਸਾਰੇ ਦੇਸ਼ ਵਿੱਚ ਸ਼ਾਂਤੀ, ਆਪਸੀ ਪ੍ਰੇਮ ਭਾਵ ਬਣਿਆ ਰਹੇ ਔਰ ਖੁਸ਼ੀਆਂ ਨਾਲ ਸਾਡਾ ਦੇਸ਼ ਅੱਗੇ ਵਧੇ, ਤਰੱਕੀ ਕਰੇ। ਗਣਪਤੀ ਬਾਬਾ ਮੋਰਿਆ, ਅਗਲੇ ਬਰਸ ਤੋਂ ਜਲਦੀ ਆ। ਹਮੇ ਬਹੁਤ ਖੁਸ਼ੀ ਹੋਤੀ ਹੈ ਕਿ ਸ਼ਹਿਰ ਮੇ ਕਾਫੀ ਲੋਗੋ ਨੇ ਗਣੇਸ਼ ਉਤਸਵ ਮਨਾਇਆ ਹੈ। ਹਮ ਚਾਹਤੇ ਹੈ ਕਿ ਹਮਾਰੇ ਹਿੰਦੂ ਲੋਕ ਗਣੇਸ਼ ਪੂਜਾ ਕਰੇ, ਗਣੇਸ਼ ਜੀ ਕਾ ਸਥਾਪਨਾ ਕਰੇ, ਫਿਰ ਉਨਕਾ ਵਿਸਰਜਨ ਕਰੇ ਔਰ ਸਾਰੇ ਚੜ੍ਹਦੀ ਕਲਾ ਮੇ ਰਹੇ। ਜੈ ਸ਼੍ਰੀ ਗਣੇਸ਼ਾ। ਸਮੁੱਚੇ ਭਾਰਤ ਵਾਂਗ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਗਣੇਸ਼ ਉਤਸਵ ਬੜੀ ਚੜ੍ਹਦੀ ਕਲਾ ਵਿੱਚ ਮਨਾਇਆ ਜਾ ਰਿਹਾ ਹੈ। ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਵਿਸ਼ੇਸ਼ ਸਮਾਗਮਾਂ ਦੇ ਆਯੋਜਨ ਕੀਤੇ ਜਾ ਰਹੇ ਹਨ, ਜਿਸ ਦੇ ਵਿੱਚ ਸ਼ਹਿਰ ਵਾਸੀ ਵੱਡੀ ਗਿਣਤੀ ਦੇ ਵਿੱਚ ਹਾਜ਼ਰੀਆਂ ਪਾ ਰਹੇ ਹਨ। ਇਹ ਗਣੇਸ਼ ਉਤਸਵ ਜੋ ਕਿ 12 ਸਤੰਬਰ ਤੱਕ ਚੱਲਣਾ ਹੈ, ਲੋਕਾਂ 'ਚ ਇਸ ਉਤਸਵ ਨੂੰ ਮਨਾਉਣ ਲਈ ਬਹੁਤ ਜ਼ਿਆਦਾ ਚਾਅ ਹੈ। ਕੈਮਰਾਮੈਨ ਰਾਕੇਸ਼ ਦੇ ਲਾਲ, ਫਾਸਟ ਨਿਊਜ਼ ਲਈ ਨੀਟਾ ਸਿੰਘ।